ਬਦਮਾਸ਼ਾਂ ਦੇ ਵੱਲੋਂ ਇੱਕ ਐਕਟਿਵਾ ਸਵਾਰ ਤੇ ਹਮਲਾ ਕੀਤਾ ਗਿਆ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਐਕਟਿਵਾ ਸਵਾਰ ਆਉਂਦਾ ਏ ਤੇ ਪਿੱਛੇ ਬਾਈਕ ਤੇ ਆ ਰਹੇ ਤਿੰਨ ਬਦਮਾਸ਼ਾਂ ਦੇ ਵੱਲੋਂ ਉਸ ਤੇ ਘੇਰ ਕੇ ਅਟੈਕ ਕਰ ਦਿੱਤਾ ਜਾਂਦਾ ਏ। ਦਾਤ ਦੇ ਨਾਲ ਉਸ ਤੇ ਹਮਲਾ ਕੀਤਾ ਗਿਆ। ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਐਕਟਿਵਾ ਸਵਾਰ ਆ ਰਿਹਾ ਸੀ, ਉਸ ਤੇ ਹਮਲਾ ਕੀਤਾ ਗਿਆ, ਉਹ ਡਿੱਗ ਜਾਂਦਾ ਏ, ਜਿਸ ਤੋਂ ਬਾਅਦ ਉਸ ਦੇ ਪਿੱਛੇ ਭੱਜ ਕੇ ਇੱਕ ਬਦਮਾਸ਼ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ, ਜਦਕਿ ਦੂਜਾ ਬਦਮਾਸ਼ ਉਸ ਦਾ ਮੋਬਾਈਲ ਲੈ ਕੇ ਫਰਾਰ ਹੋ ਜਾਂਦਾ ਏ। ਤਾਂ ਤਿੰਨਾਂ ਬਦਮਾਸ਼ਾਂ ਦੇ ਵੱਲੋਂ ਇਸ ਨੌਜਵਾਨ ਤੇ ਅਟੈਕ ਕੀਤਾ ਗਿਆ, ਹਾਲਾਂਕਿ ਭੱਜ ਕੇ ਇਸ ਨੇ ਆਪਣੀ ਜਾਨ ਬਚਾਈ ਹੈ। ਐਕਟਿਵਾ ਸਵਾਰ ਨੂੰ ਘੇਰ ਕੇ ਇਹ ਹਮਲਾ ਕੀਤਾ ਗਿਆ, ਬਾਈਕ ਤੇ ਆਏ ਬਦਮਾਸ਼ਾਂ ਦੇ ਵੱਲੋਂ ਅਟੈਕ ਕੀਤਾ ਤੇ ਐਕਟਿਵਾ ਸਵਾਰ ਦੇ ਘੇਰ ਕੇ ਦਾਤ ਮਾਰੇ ਨੇ। ਬਦਮਾਸ਼ਾਂ ਨੇ ਉਸਦੀ ਐਕਟਿਵਾ ਵੀ ਭੰਨ ਦਿੱਤੀ ਅਤੇ ਜਾਂਦੇ ਜਾਂਦੇ ਨੌਜਵਾਨ ਦਾ ਮੋਬਾਈਲ ਵੀ ਨਾਲ ਲੈ ਗਏ। ਸੀਸੀਟੀਵੀ ਦੇ ਵਿੱਚ ਪੂਰੀ ਵਾਰਦਾਤ ਕੈਦ ਹੋ ਗਈ ਹੈ। ਲੁਧਿਆਣਾ ਤੋਂ ਇਹ ਖਬਰ ਸਾਹਮਣੇ ਆਈ ਹੈ। ਲੁਧਿਆਣਾ ਦਾ ਨਿਊ ਹਰਗੋਬਿੰਦ ਨਗਰ ਹੈ, ਜਿੱਥੇ ਗਲੀ ਵਿੱਚ ਲੰਘ ਰਹੇ ਇੱਕ ਐਕਟਿਵਾ ਸਵਾਰ ਨੂੰ ਬਦਮਾਸ਼ਾਂ ਨੇ ਘੇਰ ਲਿਆ ਅਤੇ ਦਾਤਰ ਦੀ ਨੋਕ ਤੇ ਉਸ ਤੇ ਹਮਲਾ ਕਰ ਦਿੱਤਾ। ਉਸ ਨੂੰ ਜ਼ਮੀਨ ਤੇ ਸੁੱਟ ਦਿੱਤਾ, ਉਸ ਦੀ ਐਕਟਿਵਾ ਭੰਨ ਦਿੱਤੀ, ਉਸ ਦੀ ਬਾਂਹ ਅਤੇ ਪਿੱਠ ਤੇ ਦਾਤਰ ਨਾਲ ਵਾਰ ਕੀਤੇ ਨੇ ਤੇ ਉਸ ਦਾ ਮੋਬਾਈਲ ਵੀ ਨਾਲ ਲੈ ਗਏ ਨੇ। ਉਧਰ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਜਾਂਚ ਦੀ ਗੱਲ ਤੋਂ ਬਾਅਦ ਕਾਰਵਾਈ ਦੀ ਗੱਲ ਆਖ ਰਹੀ ਹੈ। ਹਮਲਾ ਜੀ, ਇੱਕ ਮੁੰਡਾ ਜਾ ਰਿਹਾ ਸੀ ਸਕੂਟਰ ਦੇ ਉੱਪਰ ਜੀ, ਉਹਨੇ ਕੰਨ ਨੂੰ ਮੋਬਾਈਲ ਆਇਆ ਸੀਗਾ, ਉਹਦੇ ਮਗਰ ਤਿੰਨ ਬੰਦੇ ਆਏ ਆ। ਤਿੰਨ ਮੁੰਡੇ ਸੀ ਕਿ ਉਹ ਸਕੂਟਰ ਬੈਠੇ ਸੀਗੇ, ਉਹਨੇ ਪਿੱਛਾ ਕੀਤਾ, ਥੋੜ੍ਹੀ ਦੇਰ ਲੱਗੇ ਜਾ ਕੇ ਉਹਨਾਂ ਨੇ ਉਹਦੇ ਦਾਤ ਮਾਰਿਆ, ਉਹ ਮੁੰਡਾ ਦਾਤ ਦੇ ਕੇ ਉਹ ਸੱਟਣ ਲੱਗਿਆ, ਉਹ ਮੁੰਡਾ ਭੱਜ ਗਿਆ। ਉਹਨੇ ਜਾ ਕੇ ਫਿਰ ਜਾਣਾ ਚਾਹੀਦਾ, ਉਹਦਾ ਮੋਬਾਈਲ ਚੱਕ ਕੇ ਲੈ ਗਏ ਅਤੇ ਬਾਅਦ ਵਿੱਚ ਉਹਦੇ ਸਕੂਟਰੀ 'ਚ ਦਾਤ ਮਾਰ ਗਏ। ਅਤੇ ਸਰ ਉਹ ਵਾਰਦਾਤਾਂ ਦੇ ਇਲਾਕੇ ਦੇ ਹੁਣ ਲੋਕਾਂ 'ਚ ਕੀ ਮਾਹੌਲ ਹੈ, ਕੀ ਗੱਲਬਾਤ, ਲੋਕ ਕੀ ਮੰਗ ਕਰ ਰਹੇ ਨੇ? ਲੋਕ ਸਾਰੇ ਮੁਹੱਲੇ ਦੇ ਸਾਰੇ ਡਰੇ ਹੋਏ ਨੇ, ਕਿਉਂਕਿ ਇਸ ਇਲਾਕੇ 'ਚ ਹੁਣ ਕੁਛ ਜ਼ਿਆਦਾ ਹੀ ਹੋ ਗਿਆ, ਬਦਮਾਸ਼ੀ ਹੋ ਗਈ ਹੈ। ਹਰ ਬੰਦਾ ਇੱਥੇ ਜਿਹਨੂੰ ਦੇਖ ਲਓ ਅਗਲਾ ਦਾਤ ਲਾਈ ਫਿਰਦਾ, ਕੋਈ ਪਰਵਾਹ ਕਿਸੇ ਕਰਦਾ ਨਹੀਂਗਾ। ਸਾਨੂੰ ਤਾਂ ਸਰਕਾਰ ਕਹਾਂਗੇ ਵੀ ਇੱਥੇ ਕਮ ਸੇ ਕਮ ਪੁਲਿਸ ਦੀ ਦਸਤੂ ਦਾਣੀ ਚਾਹੀਦੀ ਹੈ, ਕਿਉਂਕਿ ਇਹੀ ਏਰੀਏ ਦੇ ਵਿੱਚ ਸਾਡੇ MLA ਸਾਹਿਬ ਦਾ ਦਫ਼ਤਰ ਹੈ। ਅਤੇ ਇਸ ਕਰਕੇ ਮੈਂ ਤਾਂ MLA ਸਾਹਿਬ ਨੂੰ ਬੇਨਤੀ ਕਰਾਂਗਾ ਵੀ ਸਾਡੇ ਇਸ ਇਲਾਕੇ 'ਚ ਪੁਲਿਸ ਦੀ ਗਸ਼ਤ ਵਧਾਇਆ ਜਾਵੇ, ਇੱਥੇ ਬਹੁਤ ਜ਼ਿਆਦਾ ਬੁਰਾ ਹਾਲ ਹੁੰਦਾ। ਸਰ ਪਤਾ ਚੱਲਿਆ ਇਹ ਹਮਲਾਵਰ ਕੌਣ ਸੀ? ਕੋਈ ਪਤਾ ਲੱਗਿਆ ਜੀ, ਪਿੱਛੋਂ ਆਏ ਸੀ ਮੂਹ ਧਰਮਾਲ ਬੰਨੇ ਸੀ ਉਹਨਾਂ ਦੇ। ਪੁਲਿਸ ਕਿੰਨੀ ਦੇਰ ਬਾਅਦ ਆਈ? ਪੁਲਿਸ ਉਹਨਾਂ ਨੇ ਜਦੋਂ ਜਾ ਕੇ ਰਿਪੋਰਟ ਕਰਾਈ, ਕੋਈ ਡੇਢ ਘੰਟੇ ਬਾਅਦ ਪੁਲਿਸ ਆਈ। ਅਤੇ ਹੋਰ ਇਲਾਕੇ CCTV ਵਗੈਰਾ ਵੀ ਚੈੱਕ ਕੀਤੇ? ਹਾਂਜੀ ਇਲਾਕੇ CCTV ਚੈੱਕ ਕਰਕੇ ਗਏ ਆ, ਉਹਨਾਂ ਨੇ ਦੇਖਿਆ ਵੀ ਕੌਣ ਹੈਗੇ ਆ। ਅਤੇ ਕਹਿੰਦੇ ਵੀ ਜਿਹੜਾ ਲੜਕਾ ਸੀ ਐਕਟਿਵ ਵਾਲਾ, ਉਹਨੇ ਲੋਕਾਂ ਦੇ ਘਰ 'ਚ ਵੜ ਕੇ ਜਾਨ ਬਚਾਈ, ਉਹਨੇ ਇੱਥੋਂ ਭੱਜ ਗਿਆ ਕਿ ਚਾਹ ਦੁਕਾਨ 'ਤੇ ਗਿਆ, ਉਹਦੇ ਅੰਦਰ ਵੜ ਕੇ ਉਹਨੇ ਜਾਨ ਬਚਾਈ ਆ। ਸਰ ਪਹਿਲਾਂ ਕਦੇ ਇਹ ਲੜਕੇ ਦੇਖੇ ਇਲਾਕੇ 'ਚ? ਨਹੀਂ ਹਜੇ ਨਹੀਂ ਕੋਈ ਦੇਖੇ। ਠੀਕ, ਇਹ ਪਿੱਛੋਂ ਹੀ ਪਿੱਛਾ ਕਰਦੇ ਆ ਰਹੇ ਸੀਗੇ।